ਜਾਵਾਂਗੇ।
ਰਾਮ ਦੇ ਕੰਮ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ ਤੇ ਆਪਣੇ ਦੇਸ਼ ਦੀ ਡਾਇਵਰਸਿਟੀ ਨੂੰ ਯੂਨਿਟੀ ਨੂੰ ਸੈਲੀਬ੍ਰੇਟ ਕਰਨ ਦਾ ਮੌਕਾ। ਅੱਜ ਪ੍ਰਭੂ ਸ਼੍ਰੀ ਰਾਮ ਜੀ ਦੇ ਉਸ ਪਵਿੱਤਰ ਦਿਹਾੜੇ ਤੇ ਜਿਹੜਾ 22 ਤਰੀਕ ਨੂੰ ਪ੍ਰਭੂ ਸ਼੍ਰੀ ਰਾਮ ਜੀ ਅਯੋਧਿਆ ਦੇ ਵਿੱਚ ਵਿਰਾਜਮਾਨ ਨੇ, ਅੱਜ ਕਿੰਨਾ ਖੁਸ਼ੀ ਦਾ ਪਲ ਹੈ। ਫਿਰ ਰੋਪੜ ਸ਼ਹਿਰ ਦੇ ਰੋਮ ਰੋਮ ਚ ਜੈ ਸ਼੍ਰੀ ਰਾਮ ਦੇ ਨਾਅਰੇ ਲੱਗੇ ਜਾ ਰਹੇ ਨੇ। ਬੱਚਾ, ਬਜ਼ੁਰਗ, ਲੇਡੀਜ਼ ਸਾਰੇ ਅੱਜ ਪ੍ਰਭੂ ਰਾਮ ਜੀ ਦਾ ਨਾਮ ਦੇ ਰਹੇ ਨੇ। ਇਹ ਬੜਾ ਭਾਗਿਆਸ਼ਾਲੀ ਦਿਨ ਹੈ ਤੇ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਦੇ ਉਸ ਉਤਸਵ 'ਚ ਸ਼ਾਮਿਲ ਹੋਏ ਨੇ। 550 ਸਾਲ ਤੋਂ ਅਸੀਂ ਇਸ ਚੀਜ਼ ਦਿਨ ਦੀ ਵੇਟ ਕਰਦੇ ਸੀ। ਪ੍ਰਭੂ ਰਾਮ ਜੀ ਨੇ ਅੱਜ ਇਕੱਲੇ ਇਕੱਲੇ ਬੱਚੇ ਬੱਚੇ ਨੂੰ ਪੂਰੇ ਦੇਸ਼ ਭਰ ਦੇ ਵਿੱਚ, ਵਿਦੇਸ਼ ਦੇ ਵਿੱਚ ਪ੍ਰਭੂ ਸ਼੍ਰੀ ਜੀ ਦੇ ਜੈਕਾਰੇ ਲੱਗ ਰਹੇ ਨੇ। ਇਹ ਖੁਸ਼ੀ ਦਾ ਮਾਹੌਲ ਜਿਹੜਾ 550 ਸਾਲਾਂ ਬਾਅਦ ਆਇਆ, ਪ੍ਰਭੂ ਰਾਮ ਜੀ ਉਹ ਦਿਨ ਦੂਰ ਨਹੀਂ ਜਦੋਂ ਸਨਾਤਨ ਦਾ ਝੰਡਾ ਪੂਰੇ ਵਿਦੇਸ਼ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਹਿਰਾਇਆ ਜਾਏਗਾ। ਅੱਜ ਪ੍ਰਭੂ ਰਾਮ ਜੀ ਦੀ ਕਿਰਪਾ ਨਾਲ ਸਾਡੇ ਰੋਪੜ ਸ਼ਹਿਰ ਦੇ ਕੰਨ ਕੰਨ ਤੋਂ ਸ਼੍ਰੀ ਰਾਮ ਜੀ ਦੀ ਆਵਾਜ਼ ਆ ਰਹੀ ਆ। ਇਹ ਜਿਹੜਾ ਪਲ ਹੈ ਇਹ ਬਹੁਤ ਵੱਡਾ ਪਲ ਹੈ। ਅਸੀਂ ਪ੍ਰਭੂ ਰਾਮ ਜੀ ਦੇ ਅੱਡੇ ਜੈਕਾਰੇ ਲਾਉਂਦੇ ਰਹੇ ਤੇ ਜੋ ਅਸੀਂ ਲੜਾਈ ਲੜ ਰਹੇ ਸੀ ਵੀ ਪੰਜਾਬ ਦੇ ਵਿੱਚ ਹਿੰਦੂ ਸੀਐਮ ਹੋਵੇ, ਸਨਾਤਨ ਧਰਮ ਦਾ ਰਾਜ ਹੋਵੇ, ਅੱਜ ਅਸੀਂ ਉਹਦੇ ਵਿਜੇ ਪਾ ਲਈ। ਸਨਾਤਨ ਧਰਮ ਦਾ ਝੰਡਾ ਜਿਹੜਾ ਪੂਰੇ ਵਿਦੇਸ਼ ਦੇਸ਼ਾਂ 'ਚ ਲਹਿਰਾ ਰਿਹਾ। ਜੈ ਸ਼੍ਰੀ ਰਾਮ।